ਬੀਤੇ ਦਿਨੀ ਮੁਕੇਰੀਆਂ 'ਚ ਥਾਣੇ ਦੇ ਨਜ਼ਦੀਕ ਸਥਿਤ ਇੱਕ ਜਵੈਲਰੀ ਦੀ ਦੁਕਾਨ 'ਤੇ ਰਾਤ ਸਮੇਂ ਲੁੱਟਖੋ ਹੋਣ ਦੀ ਘਟਨਾ ਵਾਪਰੀ ਸੀ, ਜਿਸ ਵਿੱਚ ਦੁਕਾਨ ਮਾਲਕ ਵੱਲੋਂ ਕਿਹਾ ਗਿਆ ਸੀ ਕਿ ਲੁਟੇਰੇ ਹਥਿਆਰਾਂ ਦੀ ਨੋਕ 'ਤੇ ਉਸ ਤੋਂ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਜਦੋਂ ਪੁਲਿਸ ਵੱਲੋਂ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ ਗਈ ਤਾਂ ਬਹੁਤ ਹੀ ਜ਼ਿਆਦਾ ਹੈਰਾਨੀਜਨਕ ਖੁਲਾਸੇ ਸਾਹਮਣੇ ਆਏ ਨੇ, ਕਿਉਂਕਿ ਉਕਤ ਸਾਰੀ ਵਾਰਦਾਤ ਦੁਕਾਨ ਮਾਲਕ ਵੱਲੋਂ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਰਚੀ ਗਈ ਸੀ। ਅੱਜ ਸਥਾਨਕ ਪੁਲਿਸ ਲਾਈਨ ਗਰਾਊਂਡ 'ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ SP ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਬੀਤੀ 23 ਅਪ੍ਰੈਲ ਨੂੰ ਮੁਕੇਰੀਆਂ 'ਚ ਥਾਣੇ ਲਾਗੇ ਹੀ ਸਥਿਤ ਜੋੜਾ ਜਿਊਲਰਸ ਦੀ ਦੁਕਾਨ 'ਤੇ ਲੁੱਟ ਦੀ ਘਟਨਾ ਵਾਪਰੀ ਸੀ ਅਤੇ ਪੁਲਿਸ ਵੱਲੋਂ ਵੱਖ ਵੱਖ ਟੀਮਾਂ ਗਠਿਤ ਕਰਕੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ ਸੀ ਅਤੇ ਜਦੋਂ ਪੁਲਿਸ ਵੱਲੋਂ ਗੰਭੀਰਤਾ ਨਾਲ ਇਸ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਜੁਐਲਰੀ ਸ਼ੋਪ ਦੇ ਮਾਲਕ ਅਤਿਨ ਜੋੜਾ ਵੱਲੋਂ ਹੀ ਉਕਤ ਸਾਰੀ ਵਾਰਦਾਤ 6 ਲੱਖ ਰੁਪਏ 'ਚ ਰਚੀ ਗਈ ਸੀ, ਜਿਸ ਦਾ ਵੱਡਾ ਕਾਰਨ ਇਹ ਸੀ ਕਿ ਦੁਕਾਨ ਮਾਲਕ ਦੇ ਬੈਂਕ 'ਚ 30 ਲੱਖ ਰੁਪਏ ਦੀ ਲਿਮਿਟ ਚੱਲ ਰਹੀ ਸੀ ਅਤੇ ਅਤਿਨ ਜੋੜਾ ਵੱਲੋਂ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਦੇਖੀ ਗਈ ਸੀ। ਜੇਕਰ ਘਰ ਅਤੇ ਦੁਕਾਨ 'ਚ ਚੋਰੀ ਜਾਂ ਲੁੱਟ ਹੁੰਦੀ ਹੈ ਤਾਂ ਫਿਰ ਬੈਂਕ ਵੱਲੋਂ ਲਿਮਿਟ ਦੀ 1 ਸਾਲ ਦੀ ਮਿਆਦ ਵਧਾ ਦਿੱਤੀ ਜਾਂਦੀ ਹੈ ਅਤੇ ਇਹ ਸਭ ਕਰਨ ਲਈ ਉਸ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਸਾਰਾ ਡਰਾਮਾ ਰਚਿਆ ਗਿਆ ਸੀ। SP ਬਾਹੀਆ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ 'ਚ ਹੁਣ ਤੱਕ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਉਕਤ ਮਾਮਲੇ 'ਚ ਸ਼ਾਮਲ ਇੱਕ ਵਿਅਕਤੀ ਰੋਹਿਤ ਕੁਮਾਰ ਉਰਫ ਆਂਡਾ ਵਾਸੀ ਰਾਮ ਕਲੋਨੀ ਕੈਂਪ ਨੂੰ ਪਹਿਲਾਂ ਹੀ ਸਿਟੀ ਪੁਲਿਸ ਵੱਲੋਂ ਹਥਿਆਰ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਲਿਆ ਗਿਆ ਸੀ ਅਤੇ ਇਸ ਮਾਮਲੇ 'ਚ ਨਾਮਜ਼ਦ 2 ਕਥਿਤ ਦੋਸ਼ੀ ਅਜੇ ਪੁਲਿਸ ਦੀ ਹਿਰਾਸਤ 'ਚੋਂ ਬਾਹਰ ਨੇ, ਜਿਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪੁਲਿਸ ਨੇ ਕਾਬੂ ਕੀਤੇ ਕਥਿਤ ਦੋਸ਼ੀਆਂ ਪਾਸੋਂ 2 ਪਿਸਟਲ, 2 ਮੈਗਜ਼ੀਨਾਂ, 3 ਲੱਖ ਰੁਪਏ ਦੀ ਭਾਰਤੀ ਕਰੰਸੀ ਅਤੇ 1 DVR ਬਰਾਮਦ ਕੀਤਾ। ਹੁਸ਼ਿਆਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਪਿਛਲੇ ਦਿਨੀ ਮੁਕੇਰੀਆਂ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਵਾਰਦਾਤ ਹੋਈ ਸੀ। ਮੁਕੇਰੀਆਂ ਬੜੀ ਸੈਂਸੇਸ਼ਨਲ ਕ੍ਰਾਈਮ ਸੀਗਾ, ਕਿਉਂਕਿ ਥਾਣੇ ਦੇ ਬਿਲਕੁਲ 200-300 ਮੀਟਰ 'ਤੇ ਇਹ ਸ਼ੋਪ ਹੈਗੀ ਆ ਔਰ ਰਾਤ ਦੇ ਸਮੇਂ ਇਹ ਵਾਰਦਾਤ ਹੋਈ ਸੀ। ਪੈਸੇ ਪਲੱਸ ਗੋਲਡ ਸਨੈਚਿੰਗ ਕਰਕੇ ਲੈ ਗਏ, ਜੋ ਉਹਨਾਂ ਨੇ 20-25 ਤੋਲੇ ਸੋਨਾ ਲਿਖਾਇਆ ਸੀ, ਹੋਰ ਗੋਲਡ ਲਿਖਾਇਆ ਸੀਗਾ ਔਰ ਕੈਸ਼ ਲਿਖਾਇਆ ਸੀ। ਉਹਦੀ ਫਰਦਰ ਇਨਵੈਸਟੀਗੇਸ਼ਨ ਸਾਡੀਆਂ ਟੀਮਾਂ ਆਲਰੇਡੀ ਲੱਗੀਆਂ ਹੋਈਆਂ ਸੀਗੀਆਂ। ਇਸੇ ਦੌਰਾਨ ਹੀ ਅਸੀਂ ਇੱਕ FIR ਨੰਬਰ 143 ਦਰਜ ਕੀਤੀ ਇੱਥੇ ਹੁਸ਼ਿਆਰਪੁਰ। ਉਹਦੇ ਵਿੱਚ ਰੋਹਿਤ ਆਂਡੇ ਨੂੰ ਅਸੀਂ ਗ੍ਰਿਫਤਾਰ ਕੀਤਾ। ਦੈਨ ਉਹਦੀ ਇਨਵੈਸਟੀਗੇਸ਼ਨ ਡੂਰਿੰਗ ਇੰਟੈਰੋਗੇਸ਼ਨ ਜਿਹੜਾ ਇਹ ਆਂਡੇ ਨੇ ਫਰਦਰ ਇਨਵੈਸਟੀਗੇਸ਼ਨ 'ਚ ਜਿਹੜੀਆਂ ਗੱਲਾਂ ਦੱਸੀਆਂ ਸਾਨੂੰ ਹੈਰਾਨੀਜਨਕ ਸੀਗੀਆਂ। ਉਹਦੇ ਵਿੱਚ ਇਹਨਾਂ ਨੇ ਇਸ ਸ਼ੋਪ ਦੇ ਓਨਰ ਨੇ ਆਪ ਹੀ ਪਲਾਨ ਕਰਕੇ ਇਹ ਜਿਹੜੀ ਫਰੌਤੀ ਵਾਰਦਾਤ ਸੀ, ਸੋਰੀ, ਜਿਹੜੀ ਖੋਹ ਦੀ ਕੀਤੀ ਆ, ਉਹਨੇ ਆਪ ਹੀ ਪਲਾਨ ਕੀਤਾ ਸੀਗਾ ਜੋੜੇ ਨੇ, ਅਤਿਨ ਜੋੜੇ ਨੇ। ਔਰ ਉਹਦੇ ਵਿੱਚੋਂ ਅਸੀਂ ਜਿਹੜੇ ਪਲੈਨਰ ਸੀਗੇ ਪਰਮਵੀਰ, ਅਭਿਸ਼ੇਸ਼ ਰਾਣਾ, ਪ੍ਰਹਲਾਦ ਸਾਹਿਲ ਅਤੇ ਰੋਹਿਤ ਹਾਂਡਾ ਐਂਡ ਅਤਿਨ ਜੋੜਾ, ਇਹ ਗ੍ਰਿਫਤਾਰ ਅਸੀਂ ਕਰ ਲਏ ਹੈਗੇ ਆ ਔਰ 2 ਦੋਸ਼ੀ ਹਾਲੇ ਰਹਿੰਦੇ ਹੈਗੇ ਆ, ਉਹਨਾਂ ਨੂੰ ਵੀ ਅਸੀਂ ਜਲਦੀ ਫੜ ਲਾਂਗੇ। ਔਰ ਜਿਹੜਾ ਇਹਨੇ ਵਾਰਦਾਤ ਕਰਨ ਲਈ ਕੈਸ਼ ਦਿੱਤਾ ਸੀ, ਟੋਟਲ 6 ਲੱਖ ਦਿੱਤਾ, ਇਹ 6 ਲੱਖ 'ਚੋਂ 3 ਲੱਖ ਜਿਹੜਾ ਹੈਗਾ ਉਹ ਰਿਕਵਰ ਹੋ ਗਿਆ ਹੈਗਾ ਆ ਔਰ ਜਿਹੜੇ ਵੈਪਨ ਯੂਜ਼ ਹੋਏ ਸੀ ਉਹ ਵੀ ਰਿਕਵਰ ਹੋ ਗਏ, ਪਲੱਸ ਜਿਹੜਾ DVR ਇਹ ਲਾ ਕੇ ਲਗਾਏ ਸੀ ਉੱਥੋਂ ਸ਼ੋਪ ਤੋਂ, ਉਹ DVR ਵੀ ਰਿਕਵਰ ਹੋ ਗਿਆ ਹੈ। ਬੇਸਿਕਲੀ ਜਦੋਂ ਇਹ ਵਾਰਦਾਤ ਕੱਲ੍ਹ ਨੂੰ ਕਹਿ ਰਿਹਾ ਸੀਗਾ ਤਾਂ ਉਹ ਬੰਦੇ ਕਹਿੰਦੇ ਵੀ ਸਾਨੂੰ ਕੀ ਇਹਦੇ 'ਚ ਬੈਨੀਫਿਟ ਹੋਏਗਾ, ਵੀ ਸਾਨੂੰ ਕੀ ਮਿਲੇਗਾ ਜੇ ਵਾਰਦਾਤ ਅਸੀਂ ਕਰਨੀ ਹੈ, ਅਤੇ ਉਹਦੇ ਲਈ ਇਹਨੇ 6 ਲੱਖ ਦਿੱਤਾ ਸੀ ਅਤੇ ਮੇਰੀ ਦੁਕਾਨ 'ਤੇ ਤੁਸੀਂ ਵਾਰਦਾਤ ਕਰੋ ਅਤੇ ਮੈਂ ਤੁਹਾਨੂੰ ਪੈਸੇ ਦਊਂਗਾ। ਉਹਦਾ ਰੀਜ਼ਨ ਸੀਗਾ ਮੇਨ, ਇਹਦੀ ਇੱਕ ਲਿਮਿਟ ਚੱਲ ਰਹੀ ਹੈਗੀ ਆ ਬੈਂਕ 'ਚ
ਅਪਰੋਕਸੀਮੇਟਲੀ 30 ਲੱਖ ਦੇ ਲਾਗੇ ਹੈਗੀ ਆ ਲਿਮਿਟ ਉਹ। ਔਰ ਇਹਨੇ ਇੰਸਟਾਗ੍ਰਾਮ 'ਤੇ ਕਿਤੇ ਰੀਲ ਦੇਖੀ ਸੀ ਵੀ ਜੇਕਰ ਕਿਸੇ ਦੀ ਲਿਮਿਟ ਚੱਲਦੀ ਹੋਵੇ ਤਾਂ ਉਹਨੇ ਘਰ ਚੋਰੀ ਹੋ ਜਾਵੇ, ਉਹਦੀ ਸ਼ੋਪ 'ਤੇ ਚੋਰੀ ਹੋ ਜਾਵੇ ਜਾਂ ਕੋਈ ਡਕੈਤੀ ਹੋ ਜਾਵੇ ਤਾਂ ਬੈਂਕ ਉਹਨੂੰ ਐਕਸਟੈਂਡ ਕਰ ਦਿੰਦੀ ਆ ਘੱਟੋ ਘੱਟ 1 ਸਾਲ ਲਈ, ਫਿਰ ਕੋਈ ਉਹ ਤੋਂ ਕਿਸ਼ਤ ਜਾਂ ਵਿਆਜ ਨਹੀਂ ਲਿਆ ਜਾਂਦਾ 1 ਸਾਲ ਲਈ। ਜੁਐਲਰੀ ਜਿਹੜੀ ਆ, ਜਿਹੜੀ ਹੁਣ ਵੀ ਇੰਟੈਰੋਗੇਸ਼ਨ 'ਚ ਆਈ ਆ, ਉਹ ਸੀਗੀ ਆਰਟੀਫਿਸ਼ਲ ਜੁਐਲਰੀ ਸੀਗੀ ਜਿਹੜੀ ਓਰਿਜਨਲ ਸੀਗੀ। ਇੱਕ ਚੇਨ ਸੀਗੀ 1.5 ਤੋਲੇ ਦੀ ਔਰ ਇੱਕ ਮੁੰਦਰੀ ਹੈਗੀ ਸੀ 1.5 ਤੋਲੇ ਦੀ। ਇਲੀਗਲ ਵੈਪਨ ਸਾਨੂੰ ਇਹਦੇ 'ਤੇ ਸ਼ੱਕ ਵੀ ਸੀਗਾ, ਪਲੱਸ ਸਾਡੇ ਕੋਲ ਹੋਰ ਵੀ ਇੰਟ ਸੀਗੀ ਵੀ ਇਹ ਸ਼ਹਿਰ ਦੇ ਵਿੱਚ ਕੋਈ ਵੱਡੀ ਵਾਰਦਾਤ ਕਰਨ ਨੂੰ ਫਿਰਦਾ, ਇਹਨੇ ਵੈਪਨ ਲੈ ਆਉਂਦੇ ਆ। ਸਾਨੂੰ ਯਾਦ ਹੋਊਗਾ ਇੱਕ ਇੰਸਪੈਕਟਰ ਦੇ ਬੇਟੇ ਦਾ ਮਰਡਰ ਹੋਇਆ ਸੀਗਾ, ਉਹਦੇ 'ਚ ਇਹ ਕਿਊ ਸੀਗਾ ਹਾਂਡਾ। ਇਹ ਉਦੋਂ ਜੇਲ੍ਹ 'ਚ ਹੁਣ ਬਾਹਰ ਆਇਆ ਹੋਇਆ ਅਤੇ ਇਹਨੇ ਹੁਣ ਫਰਦਰ ਆਉਣ ਵਾਲੇ ਦਿਨਾਂ 'ਚ ਹੁਸ਼ਿਆਰਪੁਰ ਦੇ ਵਿੱਚ ਕੋਈ ਨਵੀਂ ਵਾਰਦਾਤ ਵੀ ਕਰਨ ਨੂੰ ਫਿਰਦਾ ਸੀ, ਉਹਦੇ 'ਤੇ ਸਾਡੀ ਹਾਲੇ ਇੰਟੈਰੋਗੇਸ਼ਨ ਚੱਲ ਰਹੀ ਹੈਗੀ। ਅਦਿਨ ਜਿਹੜਾ ਅਦਿਨ ਦਾ ਦੋਸਤ ਪ੍ਰਹਲਾਦ ਹੈਗਾ, ਪ੍ਰਹਲਾਦ ਦਾ ਦੋਸਤ ਰਾਣਾ ਹੈਗਾ, ਰਾਣਾ ਹਾਂਡੇ ਦਾ ਨੋਨ ਹੈਗਾ। ਇਹ ਗਾਂ ਤੋਂ ਗਾਂ ਤਾਲਮੇਲ ਹੋਇਆ, ਇਹ ਤਾਂ ਹੀ ਸਾਰਾ ਗਰੁੱਪ ਕ੍ਰੀਏਟ ਹੋਇਆ ਕਿਉਂਕਿ ਅਤਿਨ ਆਂਡੇ ਹਾਂ ਦੂਜੇ ਨੂੰ ਨਹੀਂ ਜਾਣਦਾ, ਉਹ ਪ੍ਰਹਲਾਦ ਨੂੰ ਜਾਣਦਾ, ਪ੍ਰਹਲਾਦ ਰਾਣੇ ਨੂੰ ਜਾਣਦਾ, ਇਸ ਤਰ੍ਹਾਂ ਇਹ ਚੇਨ ਬਣੀ ਹੈ। ਯੈਸ ਯੈਸ, ਟੋਟਲ 8 ਬੰਦੇ ਇਸ ਵਿੱਚ ਆਏ ਸੀ ਗਾਂ ਤੋਂ ਗਾਂ ਗੱਲ ਕਰਾਉਣ ਵਾਲੇ, ਕਿਉਂਕਿ ਜਿਹੜੇ ਆਂਡੇ ਉਹਨਾਂ ਨੂੰ ਤਾਂ 1.5 ਲੱਖ ਮਿਲਿਆ, ਪਿੱਛੇ ਪਿੱਛੇ ਪੈਸੇ ਰਹਿ ਗਏ, ਕਿਸੇ ਨੇ 1 ਲੱਖ ਪਹਿਲਾਂ ਹੀ ਰੱਖ ਲਿਆ, ਕਿਸੇ ਨੇ 50,000 ਰੱਖ ਲਿਆ, ਇਸ ਤਰੀਕੇ ਨਾਲ ਪੈਸੇ ਵੰਡੇ ਗਏ ਸਾਰੇ ਪਾਸੇ। ਹੰਡਰਡ% ਜੀ, ਇਹ ਕਿਉਂਕਿ ਜਿਹੜਾ ਇਹ ਵੈਪਨ ਆ ਬਹੁਤ ਹੀ ਵਧੀਆ ਕੁਆਲਿਟੀ ਦਾ ਵੈਪਨ ਹੈਗਾ ਆ, ਔਰ ਕਿੱਥੋਂ ਕਿਹੜੇ ਸੋਰਸਿਸ ਰਾਹੀਂ ਇਹਦੇ ਕੋਲ ਪਹੁੰਚਿਆ ਆ, ਕੀ ਹੈ, ਉਹਦੀ ਫਰਦਰ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈਗੀ। ਨਹੀਂ, ਕਿਉਂਕਿ ਉਹਦਾ ਇਕੱਲਾ ਹੀ ਹੈਗਾ, ਇਹਦੇ ਫਾਦਰ ਦੀ ਡੈਥ ਹੋ ਗਈ ਅਪਰੋਕਸੀਮੇਟਲੀ 4 ਸਾਲ ਪਹਿਲਾਂ, ਅਤੇ ਇਹੀ ਆਪ ਹੀ ਸ਼ੋਪ ਚਲਾ ਰਿਹਾ ਆ, ਅਤੇ ਇਹਦੀਆਂ ਸਿਸਟਰ ਹੈਗੀਆਂ ਉਹ ਮੈਰਿਡ ਹੈਗੀਆਂ। ਨਹੀਂ, ਹਾਲੇ ਤੱਕ ਦੀ ਇਨਵੈਸਟੀਗੇਸ਼ਨ 'ਚ ਇਹਦੀ ਫੈਮਿਲੀ ਦੀ ਇਨਵੋਲਵਮੈਂਟ ਨਹੀਂ ਹੈਗੀ, ਫਰਦਰ ਜੇ ਇਨਵੈਸਟੀਗੇਸ਼ਨ 'ਚ ਆਏਗਾ ਤਾਂ ਕਰਾਂਗੇ। 3 ਲੱਖ ਦੇ, 3 ਲੱਖ ਹੋ ਗਿਆ ਰਿਕਵਰ, ਬਾਕੀ ਹਾਲੇ ਸਾਡੀ ਪੈਂਡਿੰਗ ਹੈਗੀ। We at GNA University see potential in everyone and everything around us. We drive innovation and entrepreneurship. We groom competent global citizens to affect positive change around them.